ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ 15 ਜਥੇਬੰਦੀਆਂ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਨਾਅਰੇਬਾਜ਼ੀ ਕੀਤੀ ਗਈ ਅਤੇ ਮੁਲਾਜ਼ਮਾਂ ਤੇ 2016 ਐਕਟ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਇਸ ਦੌਰਾਨ ਹਜ਼ਾਰਾਂ ਦੀ ਤਾਦਾਦ 'ਚ ਵੱਖ ਵੱਖ ਜਥੇਬੰਦੀਆਂ ਦੇ ਵਰਕਰਾਂ ਨੇ ਹਿੱਸਾ ਲਿਆ। ਇਸ ਦੌਰਾਨ ਪੰਜਾਬ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ, ਲੇਕਿਨ ਸਰਕਾਰ ਮੁਲਾਜ਼ਮਾਂ ਦੀ ਮੰਗਾਂ ਤੇ ਕੋਈ ਧਿਆਨ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਜਿਸ ਕਾਰਨ ਪੰਜਾਬ ਦੀ 15 ਜਥੇਬੰਦੀਆਂ ਵੱਲੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਧਿਆਨ ਨਹੀਂ ਦਿੱਤਾ ਜਾਂ ਇਲੈਕਸ਼ਨ ਕੋਡ ਦੀ ਗੱਲ ਕਹੀ ਤਾਂ ਉਹ ਉਹਨਾਂ ਨੂੰ ਮਨਜ਼ੂਰ ਨਹੀਂ ਹੋਵੇਗੀ। ਉਹਨਾਂ ਕਿਹਾ ਕਿ ਆਉਂਦੇ ਸਮੇਂ 'ਚ ਮੰਤਰੀਆਂ ਦੇ ਘਰਾਂ ਦੇ ਬਾਹਰ ਵੀ ਧਰਨੇ ਲਗਾਏ ਜਾਣਗੇ। ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਕੀਤਾ ਜਾ ਰਿਹਾ। ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵਿੱਚ ਵੱਖ ਵੱਖ ਜਥੇਬੰਦੀਆਂ ਕੰਮ ਕਰਦੀਆਂ ਨੇ। ਇਹ ਪੁਰਾਣੇ ਸਮੇਂ ਵਿੱਚ ਪਹਿਲਾਂ ਜਦੋਂ ਬਾਦਲ ਸਰਕਾਰ ਸੀ ਉਸ ਵੇਲੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਸੀ ਬਣਾਇਆ ਸੀ। ਉਦੋਂ 2016 ਦੇ ਵਿੱਚ ਇੱਕ ਐਕਟ ਪਾਸ ਕਰਾਇਆ ਸੀ, ਉਸ ਐਕਟ ਨੂੰ ਲਾਗੂ ਕਰਨ ਤੋਂ ਸਰਕਾਰ ਜਿਹੜੀ ਨਵੀਂ ਸਰਕਾਰ ਕੈਪਟਨ ਸਰਕਾਰ ਉਹ ਭੱਜ ਰਹੀ ਆ। ਸਾਡੀ ਅੱਜ ਦੀ ਮੇਨ ਡਿਮਾਂਡ ਇਹੀ ਹੈ ਕਿ 2016 ਦੇ ਐਕਟ ਨੂੰ ਲਾਗੂ ਕੀਤਾ ਜਾਵੇ, ਉਸ ਵਿੱਚ ਰਹਿੰਦੀਆਂ ਕੈਟਾਗਰੀਆਂ ਨੂੰ ਸ਼ਾਮਿਲ ਕੀਤਾ ਜਾਵੇ, ਜਿਨ੍ਹਾਂ ਵਿੱਚ ਜਿਹੜੀਆਂ ਕੈਟਾਗਰੀਆਂ ਆਊਟਸੋਰਸਿੰਗ ਦੇ ਕੰਮ ਕਰਦੀਆਂ ਸੀ ਉਹਨਾਂ 'ਚੋਂ ਕਾਫੀ ਜਿਹੜੀਆਂ ਕੈਟਾਗਰੀਆਂ ਸੀ ਉਹ ਰਹਿ ਗਈਆਂ ਸੀ। ਸਾਡੀ ਮੇਨ ਡਿਮਾਂਡ ਇਹੀ ਹੈ ਕਿ ਉਹਨਾਂ ਕੈਟਾਗਰੀਆਂ ਨੂੰ ਸ਼ਾਮਿਲ ਕਰਕੇ ਤੁਰੰਤ 2016 ਦੇ ਐਕਟ ਨੂੰ ਲਾਗੂ ਕੀਤਾ। ਮੁਲਾਜ਼ਮ ਜਥੇਬੰਦੀਆਂ ਵਿੱਚ ਜਲ ਸਪਲਾਈ, ਸੈਨੀਟੇਸ਼ਨ, ਪਾਵਰਕੌਮ, ਮਨਰੇਗਾ, ਵੱਖ ਵੱਖ ਦਫ਼ਤਰਾਂ ਦੀਆਂ ਸਾਡੇ ਕੋਲ 15 ਜਥੇਬੰਦੀਆਂ ਇਸ ਟਾਈਮ ਇੱਥੇ ਪਹੁੰਚੀਆਂ ਨੇ, ਜਿਹਦੇ ਵਿੱਚ ਪਣ ਬੱਸ ਆ, ਸੀਵਰੇਜ ਬੋਰਡ ਆ, ਹੋਰ ਬਹੁਤ ਸਾਰੀਆਂ ਜਥੇਬੰਦੀਆਂ ਨੇ। 15 ਜਥੇਬੰਦੀਆਂ ਲਗਭਗ ਨੇ ਜਿਹੜੀਆਂ ਇੱਥੇ ਇਸ ਟਾਈਮ ਪਹੁੰਚੀਆਂ ਨੇ। ਉਹ ਜਥੇਬੰਦੀਆਂ ਇੱਕੋ ਮੰਗ 'ਤੇ, ਇੱਕੋ ਮੰਚ 'ਤੇ ਇਕੱਠੀਆਂ ਹੋਈਆਂ ਨੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦੇ। ਬਿਲਕੁਲ ਨਹੀਂ ਜੀ, ਸਰਕਾਰ ਵੱਲੋਂ ਵਾਰ ਵਾਰ ਲਾਰੇ ਲਾਏ ਜਾ ਰਹੇ ਆ ਕਿ ਕੈਬਨਿਟ ਕਮੇਟੀ ਬਣਾਈ ਜਾ ਰਹੀ ਹੈ ਜਿਹੜੀ ਐਕਟ 'ਚ ਸੋਧ ਕਰ ਰਹੀ ਆ। ਐਕਟ 'ਚ ਸੋਧ ਕਰਨ ਦੀ ਲੋੜ ਹੀ ਨਹੀਂ, ਉਹ ਐਕਟ ਨੂੰ ਲਾਗੂ ਕੀਤਾ ਜਾਵੇ ਅਤੇ ਰਹਿੰਦੀਆਂ ਕੈਟਾਗਰੀਆਂ ਨੂੰ ਉਹਦੇ 'ਚ ਸ਼ਾਮਿਲ ਕੀਤਾ ਜਾਵੇ। ਜੇਕਰ ਸਰਕਾਰ ਵੱਲੋਂ ਜਿਹੜਾ ਐਕਟ ਆ 2016 ਉਹ ਐਕਟ ਨਹੀਂ ਲਾਗੂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ 7 ਤਰੀਕ ਨੂੰ ਅਸੀਂ ਲੁਧਿਆਣੇ ਵਿਖੇ ਆਪਣੀ ਮੀਟਿੰਗ ਕਰਕੇ ਉਸ ਤੋਂ ਬਾਅਦ ਤਿੱਖੇ ਸੰਘਰਸ਼ ਦਾ ਐਲਾਨ ਕਰਾਂਗੇ, ਜਿਸ ਵਿੱਚ ਮੰਤਰੀਆਂ ਦੇ ਘਰੋਂ ਤੱਕ ਦਾ ਸ਼ਾਮਿਲ ਹੋ ਸਕਦਾ। ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਹੈ ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਕੀਤਾ ਜਾ ਰਿਹਾ, ਕਿਉਂਕਿ ਜਦੋਂ ਇਹ ਸਰਕਾਰ ਹੋਣ 'ਚ ਆਈ ਸੀ ਕੈਪਟਨ ਸਰਕਾਰ, ਤਾਂ ਇਹਨਾਂ ਨੇ ਸਾਡੇ ਨਾਲ ਮੁਲਾਜ਼ਮ ਵਰਗ ਨਾਲ, ਖਾਸ ਤੌਰ 'ਤੇ ਉਹ ਕੱਚੇ ਮੁਲਾਜ਼ਮਾਂ ਨਾਲ ਜਿਹੜੇ ਵੱਡੇ ਵਾਅਦੇ ਕੀਤੇ ਸੀ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਘਰ ਘਰ ਨੌਕਰੀ ਦੇਵਾਂਗੇ, ਪਰ ਉਹਨਾਂ ਸਾਰੇ ਵਾਅਦਿਆਂ ਤੋਂ ਇਹ ਕੈਪਟਨ ਸਰਕਾਰ ਭੱਜੀ ਹੈ। ਅਤੇ ਅੱਜ ਜਦੋਂ ਚੋਣ ਜ਼ਾਬਤਾ ਹੋ ਗਿਆ, ਚੋਣ ਜ਼ਾਬਤਾ ਲਾਗੂ ਹੋ ਗਿਆ, ਤਾਂ ਆਪਦੀਆਂ ਇਹ ਪ੍ਰਾਪਤੀਆਂ ਗਿਣਾ ਰਹੇ ਹੈ ਨੁੱਕੜ ਮੀਟਿੰਗਾਂ ਕਰਕੇ, ਤਾਂ ਅਸੀਂ ਇਹ ਸ਼ਰੇਆਮ ਇੱਥੇ ਜਿਹੜਾ ਇਹ ਧਰਨਾ ਲਾ ਕੇ ਅੱਜ ਇਹ ਦੱਸ ਰਹੇ ਹਾਂ ਸਰਕਾਰ ਨੂੰ ਕਿ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਦਾ, ਕੱਚੇ ਮੁਲਾਜ਼ਮਾਂ ਦਾ ਕੋਈ ਫਾਇਦਾ ਨਹੀਂ ਕਰਿਆ, ਕੋਈ ਉਹਨਾਂ ਨਾਲ ਜਿਹੜੇ ਕੀਤੇ ਵਾਅਦੇ ਸੀ ਉਹ ਪੂਰੇ ਨਹੀਂ ਕਰੇ। ਇਸ ਲਈ ਅੱਜ ਇਸ ਪੰਜਾਬ ਸਰਕਾਰ ਦੇ 2 ਸਾਲਾਂ ਦੀ ਅਸੀਂ ਪੋਲ ਖੋਲਣ ਆਏ ਹਾਂ, ਅਤੇ ਜੇ ਸਰਕਾਰ ਜਾਂ ਪ੍ਰਸ਼ਾਸਨ ਸਾਡੀ ਕੋਈ ਗੱਲ ਨਹੀਂ ਸੁਣਦਾ ਜਾਂ ਸਾਡੀ ਗੱਲ ਕੋਈ ਨਹੀਂ ਕਰਾਉਂਦਾ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਤਿੱਖੇ ਸੰਘਰਸ਼ ਕਰਾਂਗੇ। ਅਤੇ ਜਿਹੜੀਆਂ 19 ਮਈ ਨੂੰ ਵੋਟਾਂ ਪੈ ਰਹੀਆਂ, ਅਤੇ ਆਪਦੀ ਕੁਰਸੀ ਲਈ ਇਹ ਪਿੰਡਾਂ ਦੇ ਵਿੱਚ ਜਾ ਕੇ, ਸ਼ਹਿਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰ ਰਹੇ ਹੈ, ਉਹਨਾਂ ਮੀਟਿੰਗਾਂ ਦਾ ਅਸੀਂ ਵਿਰੋਧ ਕਰਾਂਗੇ, ਕਿਉਂਕਿ ਸਾਡੇ ਲਈ ਇਹ ਮਰਨ ਤੋਂ ਸਿਵਾ ਹੋਰ ਕੁਛ ਨਹੀਂ। ਨਾ ਸਰਕਾਰ ਪਹਿਲਾਂ ਵਾਲੀ ਸਰਕਾਰ ਨੇ ਸਾਡੀ ਗੱਲ ਸੁਣੀ ਸੀ, ਅਤੇ ਨਾ ਇਹ ਸਰਕਾਰ ਸਾਡੀ ਸੁਣ ਰਹੀ ਹੈ। ਜਿਹੜਾ ਅੱਜ ਦਾ ਸਾਡਾ ਧਰਨਾ ਅਤੇ ਰੋਸ ਰੈਲੀ ਹੈ, ਜਿਹੜੀ ਅੱਜ ਸਾਡੀ ਹੈ, ਜਿਹੜੀਆਂ ਪੰਜਾਬ ਸਰਕਾਰ ਤੱਕ ਮੰਗਾਂ ਨੇ ਵੀ ਜਿਹੜੀਆਂ ਕੱਚੇ ਕਾਮੇ ਲਗਾਤਾਰ ਤੋਂ, ਚਾਹੇ ਆਊਟਸੋਰਸਿੰਗ ਰਾਹੀਂ ਹੋਣ, ਚਾਹੇ ਪ੍ਰੋਪਰ ਚੈਨਲ ਹੋਣ, ਵੀ ਉਹਨਾਂ ਨੂੰ ਪੱਕਾ ਕੀਤਾ ਜਾਵੇ। ਜਿਹੜਾ ਅਕਾਲੀ ਭਾਜਪਾ ਸਰਕਾਰ 2016 ਐਕਟ ਬਣਾ ਕੇ ਗਈ ਸੀ, ਉਹਨੂੰ ਲਾਗੂ ਕਰਨ ਦੀ ਬਜਾਏ ਕੈਪਟਨ ਸਰਕਾਰ
ਉਸ ਐਕਟ ਦੇ ਵਿੱਚ ਉਹ ਐਕਟ ਨੂੰ ਤੋੜ ਰਹੀ ਆ ਅਤੇ ਜਿਹੜੀਆਂ ਉਹਦੇ ਵਿੱਚ ਰਹਿੰਦੀਆਂ ਕੈਟਾਗਰੀਆਂ ਜਿਹੜੇ 25-25-30-30 ਸਾਲਾਂ ਤੋਂ ਕੰਮ ਕਰਦੇ ਨੇ ਚਾਹੇ ਉਹ ਕਿਸੇ ਵੀ ਵਿਭਾਗ ਦੇ ਨੇ ਉਹ ਕੈਟਾਗਰੀਆਂ ਨੂੰ ਸ਼ਾਮਿਲ ਨਹੀਂ ਕਰ ਰਹੀ। ਇਸ ਕਰਕੇ ਅਸੀਂ ਅੱਜ ਪ੍ਰੋਟੈਸਟ ਕਰ ਰਹੇ ਹਾਂ ਵੀ 2016 ਐਕਟ ਲਾਗੂ ਕੀਤਾ ਜਾਵੇ, ਉਹਦੇ 'ਚ ਰਹਿੰਦੀਆਂ ਕੈਟਾਗਰੀਆਂ ਸ਼ਾਮਿਲ ਕੀਤੀਆਂ ਜਾਣ। ਜੇਕਰ ਸਰਕਾਰ ਨੇ ਸਾਡੀ ਆਉਣ ਵਾਲੇ ਦਿਨਾਂ 'ਚ ਮੰਗਾਂ ਨਾ ਮੰਨੀਆਂ, ਸਰਕਾਰ ਇਹ ਭੁੱਲ ਜੇ ਵੀ ਜਿਹੜਾ ਚੋਣ ਜ਼ਾਬਤਾ ਲੱਗਾ ਜਾਂ ਚੋਣ ਜ਼ਾਬਤੇ ਦੇ ਬਹਾਨੇ ਅਸੀਂ ਇਹ ਟਾਈਮ ਟਪਾ ਲਾਂਗੇ, ਅਸੀਂ ਚੋਣ ਜ਼ਾਬਤੇ ਵਾਲੇ ਪ੍ਰੋਗਰਾਮਾਂ ਦੇ ਆਉਣ ਵਾਲੇ ਸੰਘਰਸ਼ ਕਰਾਂਗੇ। 7 ਤਰੀਕ ਨੂੰ ਸਾਡੀ ਟੇਕਾ ਮਲਾਜ਼ਮ ਮੋਰਚੇ ਦੀ ਮੀਟਿੰਗ ਆ, ਉਹਦੇ 'ਚ ਅਸੀਂ ਮੰਤਰੀਆਂ ਦੇ ਘੇਰ ਕਰੀਏ ਚੱਲਣਗੇ, ਉਹ ਚੋਣ ਜ਼ਾਬਤੇ ਦੇ ਵਿੱਚ ਹੀ ਅਸੀਂ ਕਰਾਂਗੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।